ਰੰਗਾ ਹੀ ਬਹੁਤ ਗੋਰਾ ਹੋ ਗਿਆ, ਪਤਾ ਨਹੀਂ ਕੀ ਕਿਹੜਾ ਪਾਊਡਰ ਲਾਤਾ ਤੁਸੀਂ ਮਿੱਤੀ, ਇੱਧਰ ਕੁੜੀ ਨੇ ਕੱਟ ਮਾਰਤਾ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਗੀਤਾ ਜੈਲਦਾਰ ਇੱਕ ਅਜਿਹਾ ਪੰਜਾਬੀ ਸਿੰਗਰ ਜਿਸ ਦਾ ਹਾਲ ਹੀ ਦੇ ਵਿੱਚ ਗਾਣਾ ਰਿਲੀਜ਼ ਹੋਇਆ ਸੀ ਮੌਜ ਕਰੇਗੀ। ਗੀਤਾ ਜੈਲਦਾਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਇੱਕ ਹੋਰ ਨਵੀਂ ਅਪਡੇਟ ਸ਼ੇਅਰ ਕਰ ਦਿੱਤੀ ਹੈ। ਇਸ ਅਪਡੇਟ ਦੇ ਵਿੱਚ ਗੀਤਾ ਜੈਲਦਾਰ ਨੇ ਦੱਸਿਆ ਕਿ ਉਸਦੇ ਨਵੇਂ ਆਉਣ ਵਾਲੇ ਗਾਣੇ ਦਾ ਸ਼ੂਟ ਸ਼ੁਰੂ ਹੋ ਚੁੱਕਿਆ। ਗੀਤਾ ਜੈਲਦਾਰ ਨੇ ਆਪਣੇ ਇਸ ਨਵੇਂ ਗਾਣੇ ਦੀ ਇਨਫੋਰਮੇਸ਼ਨ ਆਪਣੇ ਇੰਸਟਾਗ੍ਰਾਮ ਦੇ ਉੱਤੇ ਇਸ ਗਾਣੇ ਦੇ ਸ਼ੂਟ ਦੇ ਦੌਰਾਨ ਦੀ ਇੱਕ ਵੀਡੀਓ ਤੇ ਫੋਟੋ ਨੂੰ ਪੋਸਟ ਕਰਕੇ ਦਿੱਤੀ ਹੈ। ਤੁਹਾਨੂੰ ਦੱਸ ਦਈਏ ਕਿ ਗੀਤਾ ਜੈਲਦਾਰ ਦੇ ਨਵੇਂ ਆਉਣ ਵਾਲੇ ਗਾਣੇ ਦਾ ਨਾਮ ਹੋਵੇਗਾ ਅੰਡਰਗਰਾਊਂਡ, ਜਿਸ ਵਿੱਚ ਗੀਤਾ ਜੈਲਦਾਰ ਗੈਂਗਸਟਰ ਲੁੱਕ ਦੇ ਵਿੱਚ ਨਜ਼ਰ ਆਉਣਗੇ ਤੇ ਬਹੁਤ ਹੀ ਜਲਦ ਗੀਤਾ ਜੈਲਦਾਰ ਦਾ ਇਹ ਗਾਣਾ ਰਿਲੀਜ਼ ਵੀ ਕਰ ਦਿੱਤਾ ਜਾਵੇਗਾ। ਸੋ ਕਿੰਨੀ ਕੁੜੀ ਕਾ ਤੁਹਾਨੂੰ ਗੀਤਾ ਜੈਲਦਾਰ ਦੇ ਨਵੇਂ ਆਉਣ ਵਾਲੇ ਇਸ ਗਾਣੇ ਦੀ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸੋ ਨੀਚੇ ਦਿੱਤੇ ਗਏ ਕਮੈਂਟ ਬਾਕਸ ਦੇ ਵਿੱਚ। ਅਤੇ ਨਵੇਂ ਤੇ ਲੇਟੈਸਟ ਅਪਡੇਟਸ ਲਈ ਤੁਸੀਂ ਜੁੜੇ ਰਹਿਣਾ ਦੈਨਿਕ ਸਵੇਰਾ ਟੀਵੀ ਦੇ ਨਾਲ, ਐਂਡ ਡੋਂਟ ਫੋਰਗੇਟ ਟੂ ਸਬਸਕ੍ਰਾਈਬ ਅਵਰ ਯੂਟਿਊਬ ਚੈਨਲ ਸਵੇਰਾ ਸਟਾਰਟ ਆਫ।